ਸਮਾਨ ਅਤੇ ਅਸਮਾਨ ਪਦ ਜਿਵੇਂ ਕਿ ਤਸਵੀਰ ਵਿੱਚ ਦਿਖਾਇਆ ਗਿਆ ਹੈ ਪਹਿਲੇ ਬਕਸੇ ਵਿੱਚ ਹਰੇਕ ਕੇਕ ਦੀ ਕੀਮਤ 20 ਰੁਪਏ ਹੈ ਅਸੀਂ ਕੇਕਾਂ ਦੀ ਕੁੱਲ ਸੰਖਿਆ ਨੂੰ a ਨਾਲ ਲਿਖਦੇ ਹਾਂ ਇਸ ਲਈ ਪਹਿਲੇ ਬਕਸੇ ਵਿੱਚ ਮੌਜੂਦ ਸਾਰੇ ਕੇਕਾਂ ਦਾ ਮੁੱਲ 20a ਹੈ ਅਤੇ ਦੂਸਰੇ ਬਕਸੇ ਵਿੱਚ ਮੌਜੂਦ ਸਾਰੇ ਕੇਕਾਂ ਦਾ ਮੁੱਲ 50a ਹੈ ਇਹ ਦੋਨੋਂ ਪਦ ਕੇਵਲ ਬੀਜਗਣਿਤਿਕ ਤੌਰ ਤੇ ਵੱਖ-ਵੱਖ ਹਨ ਅਸੀਂ ਪਦਾਂ ਦੀ ਪਰਿਭਾਸ਼ਾ ਇੰਜ ਦਿੰਦੇ ਹਾਂ ਉਹਨਾਂ ਪਦਾਂ ਜਿਨ੍ਹਾਂ ਦੇ ਸਮਾਨ ਬੀਜ ਗਣਿਤਿਕ ਗੁਣਨਖੰਡ ਹੁੰਦੇ ਹਨ ਨੂੰ ਸਮਾਨ ਪਦ ਕਿਹਾ ਜਾਂਦਾ ਹੈ ਉਦਾਹਰਨ ਲਈ 3x2 5x2 ਅਤੇ 4x2 ਸਮਾਨ ਪਦ ਹਨ ਉਹਨਾਂ ਪਦਾਂ ਜਿਨ੍ਹਾਂ ਦੇ ਅਸਮਾਨ ਬੀਜ ਗਣਿਤਿਕ ਗੁਣਨਖੰਡ ਹੁੰਦੇ ਹਨ ਨੂੰ ਅਸਮਾਨ ਪਦ ਕਿਹਾ ਜਾਂਦਾ ਹੈ ਉਦਾਹਰਨ ਲਈ 2xy ਅਤੇ 3x ਅਸਮਾਨ ਪਦ ਹਨ